ਮਤਲਬ ਕਿ ਇਹ ਜਵਾਬ ਹੈਗਾ ਹੈ ਜੀ ਕਿਸੀ ਸਾਹਿਬ ਦਾ, ਹਰ ਪੀਯੂਸ਼ ਪਰਬ 'ਤੇ ਜਾਨੀਆਂ ਦਾ ਬਹੁਤ ਪਵਿੱਤਰ ਮਹਾਨ ਤਿਉਹਾਰ ਹੈ, ਮੀਟ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਂਦੀਆਂ ਔਰ ਸਲੋਟਰ ਹਾਊਸ ਵੀ ਬੰਦ ਕੀਤੇ ਜਾਂਦੇ। ਇਹ ਤਾਂ ਕਦੇ ਮੈਂ ਸੁਣਿਆ ਨਹੀਂ ਵੀ ਸਲੋਟਰ ਹਾਊਸ ਬੰਦ ਕਰਤੇ ਅਤੇ ਮੀਟ ਦੀਆਂ ਦੁਕਾਨਾਂ ਖੁੱਲਣਗੀਆਂ। ਸੋ ਮੈਨੂੰ ਨਹੀਂ ਸਮਝ ਆਉਂਦਾ ਵੀ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਇਸ ਰਸਤੇ 'ਤੇ ਜਾ ਰਹੀ ਆ, ਕੀ ਇਹਨਾਂ ਦੀ ਸੋਚ ਆ, ਕੀ ਇਹਨਾਂ ਦੀ ਲਾਈਨ ਆ, ਇਹਨਾਂ ਨੂੰ ਕੋਈ ਧਾਰਮਿਕ ਭਾਵਨਾਵਾਂ ਦਾ ਵੀ ਖਿਆਲ ਨਹੀਂ ਕਿਸੇ ਦਾ, ਇਹਨਾਂ ਨੂੰ ਕੋਈ ਸਮਾਜਿਕ ਭਾਵਨਾਵਾਂ ਦਾ ਖਿਆਲ ਨਹੀਂ ਹੈਗਾ। ਇਹ ਬਸ ਆਪਣੇ ਹੀ ਆਪਣਾ ਏਜੰਡਾ ਸੈੱਟ ਕਰਨ ਲਈ ਤੁਰੇ ਹੋਏ ਆ, ਔਰ ਕਰੋਨਾ ਦੀ ਆੜ ਦੇ ਵਿੱਚ ਬੜੇ ਬੜੇ ਐਸੇ ਪੋਲੀਟੀਕਲ ਫੈਸਲੇ ਲੈ ਰਹੇ ਆ ਜਿਹੜੇ ਲੋਕਾਂ ਦੇ ਹਿੱਤ ਦੇ ਨੇ। ਜਿਹੜੇ ਫੈਸਲੇ ਵੀ ਲਏ ਜਾ ਰਹੇ ਆ ਇਹ ਪੋਲੀਟੀਕਲੀ ਮੋਟੀਵੇਟ ਜਾਂਦੇ ਆ। ਅੱਜ ਪੂਰਾ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼, ਕਾਂਗਰਸ ਦੀ ਸਰਕਾਰ ਦੇ ਖਿਲਾਫ਼, ਉਹਨਾਂ ਦੀ ਵਾਅਦਾ ਖਿਲਾਫ਼ੀ, ਕੋਈ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਨੇ, ਔਰ ਮਾਫੀਆ ਰਾਜ ਜੋ ਉਹਨਾਂ ਦਾ ਚੱਲ ਰਿਹਾ ਆ, ਔਰ ਜ਼ਹਿਰੀਲੀ ਸ਼ਰਾਬ ਨਾਲ ਜਿਹੜੀਆਂ ਮੌਤਾਂ ਹੋਈਆਂ ਆ, ਸਾਰੇ ਪਾਸਿਓਂ ਘਿਰ ਚੁੱਕੀ ਆ। ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੇ ਇਹ ਕਿਹਾ ਕਿ ਸੂਬੇ ਦੇ ਹਾਲਾਤ ਨੂੰ ਦੇਖਦੇ ਹੋਏ ਇਹਦੇ ਵਿੱਚ ਗੇਂਦ ਜਾਣਾ, ਤਾਂ ਉਹ ਸਾਫ਼ ਹੀ ਉਹਨਾਂ ਦੇ ਲਹਿਜੇ ਤੋਂ ਜ਼ਾਹਰ ਸੀ ਕਿ ਉਹ ਸੂਬੇ ਦਾ ਜੋ ਰਾਜਨੀਤਿਕ ਹਾਲਾਤ ਆ ਉਹਦੇ ਨੂੰ ਮੀਟ ਕਰਨ ਲਈ ਇਹ ਕਰਿਆ ਹੈਗਾ। ਔਰ ਮੈਂ ਬੜਾ ਹੈਰਾਨ ਹਾਂ ਕਿ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਉਹ ਤਾਂ ਸਮਝਾਇਆ ਜਾਂਦਾ, ਅਤੇ ਨਾਲ ਕਹਿਤਾ ਵੀ ਸ਼ਰਾਬ ਦੀਆਂ ਠੇਕੇ ਵੀ ਖੁੱਲ੍ਹਣਗੇ, ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ, ਉਹ ਵੀ ਜ਼ਰੂਰੀ ਵਸਤੂ ਹੈ। ਔਰ ਸ਼ੁਰੂ ਤੋਂ ਜਦੋਂ ਤੋਂ ਲੋਕਡਾਊਨ ਲੱਗਿਆ, ਕਰੋਨਾ ਦੇ ਵਿੱਚ ਜਦੋਂ ਵੀ ਖੋਲ੍ਹਣੇ ਦੀ ਗੱਲ ਆਉਂਦੀ ਆ ਤਾਂ ਸ਼ਰਾਬ ਦੇ ਠੇਕੇ ਪ੍ਰਧਾਨ ਬਣ ਜਾਂਦੇ ਆ, ਸ਼ਰਾਬ ਦੇ ਠੇਕੇ। ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹ ਲੋਕਾਂ ਦੀ ਕੋਈ ਜਾਨ ਦੀ ਪਰਵਾਹ ਨਹੀਂ, ਇਹਨਾਂ ਨੂੰ ਕਰੋਨਾ ਬਿਮਾਰੀ ਦੀ ਪਰਵਾਹ ਨਹੀਂ, ਇਹਨਾਂ ਨੂੰ ਆਪਣੀਆਂ ਰਾਜਨੀਤੀ ਅਤੇ ਗੁੱਤੀਆਂ ਸੇਕਣੇ ਦੇ ਵਿੱਚ ਲੱਗੀ ਹੋਈ ਆ, ਚਾਹੇ ਉਹ ਰਾਸ਼ਨ ਦੀ ਵੰਡ ਦਾ ਮਾਮਲਾ ਹੈ, ਉਹਦੇ 'ਚ ਰਾਜਨੀਤਿਕ ਗੁੱਤੀਆਂ ਸੇਕੀਆਂ ਦੇ ਘੁਟਾਲੇ ਕੀਤੇ, ਚਾਹੇ ਉਹ ਐਕਸਾਈਜ਼ ਡਿਪਾਰਟਮੈਂਟ ਦਾ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਇਹਨਾਂ ਨੇ ਅੰਨੇਵਾਹ ਸ਼ਰਾਬ ਬਣਾਈ, ਨਕਲੀ ਵੇਚੀ ਔਰ ਲੋਕਾਂ ਦੀਆਂ ਜਾਨਾਂ ਗਈਆਂ ਕੀਮਤੀ। ਇਹ ਸਰਕਾਰ ਨੇ ਵਾਅਦਾ ਕੀਤਾ ਸੀ ਨਸ਼ੇ ਖਤਮ ਕਰਨੇ ਦਾ, ਇਹ ਸਰਕਾਰ ਸਭ ਤੋਂ ਜ਼ਿਆਦਾ ਨਸ਼ਿਆਂ ਦੇ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਰਕਾਰ ਸਾਬਤ ਹੋਈ ਆ। ਔਰ ਤਰਨ ਤਾਰਨ ਦੇ ਵਿੱਚ ਜਿਹੜਾ ਪੱਤਰਕਾਰਾਂ 'ਤੇ ਹਮਲਾ ਕੀਤਾ ਸ਼ਰਾਬ ਮਾਫੀਆ ਨੇ, ਉਹਦੀ ਕਾਰਵਾਈ ਨਹੀਂ ਹੋ ਰਹੀ, ਐਸ ਐਸ ਪੀ ਦੇ ਹੱਥ ਵੀ ਤਾਂ ਕਿਸੇ ਨੇ ਬੰਨੇ ਹੁੰਦੇ ਆ, ਵੀ ਬੜੀ ਇੱਕ ਚਿੰਤਾ ਵਾਲੀ ਗੱਲ ਆ, ਨਿੰਦਾ ਵਾਲੀ ਗੱਲ ਆ। ਸੋ ਕਰੋਨਾ ਦੀ ਆੜ ਦੇ ਵਿੱਚ ਸਾਰੇ ਹੀ ਜੋ ਦੋ ਨੰਬਰੀ ਧੰਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸੀ ਅਤੇ ਉਹਨਾਂ ਦੀ ਸਰਕਾਰ ਕਰ ਰਹੇ ਆ, ਇਹ ਬਹੁਤ ਨਿੰਦਣਯੋਗ ਆ। ਜੇ ਕਰਨਾ ਤਾਂ ਕਰੋਨਾ ਵਾਸਤੇ ਕਰੋ ਅਤੇ ਉਹਦੀ ਆੜ 'ਚ ਰਾਜਨੀਤੀ ਟੁੱਟੀਆਂ ਮੱਤ ਸੀ। ਸਰ ਕਰੋਨਾ ਦੇ ਮਾਮਲਿਆਂ ਦੀ ਕੋਈ ਚਿੰਤਾ ਨਹੀਂ, ਉਹਨਾਂ ਨੂੰ ਇਸ ਚਿੰਤਾ ਇਹ ਆ ਕਿ ਉਹਨਾਂ ਦੇ ਖਿਲਾਫ਼ ਇਸ ਵੇਲੇ ਹਰ ਵਰਗ ਹਰ ਸ਼ਖਸ ਉੱਠ ਕੇ ਖੜਾ ਆ। ਜਿੱਦਾਂ ਦੀ ਮਾੜੀ ਸਰਕਾਰ ਇਹ ਚੱਲੀ ਆ, ਜਿੰਨਾ ਲੋਕਾਂ ਨੂੰ ਤੰਗ ਕੀਤਾ, ਇਸ ਵੇਲੇ ਕਿਸੇ ਨੂੰ ਮਕਾਨ ਬਣਾਉਣਾ ਹੁੰਦਾ ਉਹ ਰੇਤਾ ਨਹੀਂ ਮਿਲਦੀ, ਬਜਰੀ ਨਹੀਂ ਮਿਲਦੀ, ਇੱਥੇ ਗੁੰਡਾ ਟੈਕਸ ਹੁਸ਼ਿਆਰ ਕੁਛ ਨਹੀਂ ਲਗਾਇਆ, ਇਹਦੀ ਵੀ ਸੀ ਬੀ ਆਈ ਦੀ ਜਾਂਚ ਅਸੀਂ ਮੰਗ ਕੀਤੀ ਸੀ ਅੱਗੇ ਵੀ, ਅਤੇ ਜਿਹੜੀ 1200-1300 ਦੀ ਟਰਾਲੀ ਸੀ ਉਹ 4500 ਦੀ ਵੀ ਨਹੀਂ ਮਿਲਦੀ, ਲੋਕ ਕਰਜ਼ੇ ਲੈਂਦੇ ਆ। ਸੋ ਸਾਰੇ ਪੱਖੋਂ ਇੱਕ ਲੋਕਾਂ ਦੀ ਕਮਾਈ ਨਹੀਂ ਆ, ਇੱਕ ਉਹਨਾਂ 'ਤੇ ਅਲੱਗ ਅਲੱਗ ਤਰ੍ਹਾਂ ਦੇ ਟੈਕਸ ਲਾਏ ਜਾਂਦੇ ਆ, ਇੱਕ ਅਲੱਗ ਅਲੱਗ ਤਰ੍ਹਾਂ ਦੇ ਔਡਰ ਜਿਹੜੇ ਕੰਫਿਊਜ਼ ਕਰਦੇ ਲੋਕਾਂ ਨੂੰ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਅਸੀਂ ਕਰੀਏ ਤਾਂ ਕੀ ਕਰੀਏ।